ਪੰਜਾਬ ਵਿੱਚ ਸੱਤਾ ਦੀ ਤਬਦੀਲੀ ਦੇ ਬਾਅਦ ਵੀ ਗੈਰ ਕਾਨੂੰਨੀ ਮਾਈਨਿੰਗ ਬਾਦਸਤੂ ਜਾਰੀ ਹੈ। ਪਠਾਨਕੋਟ ਵਿੱਚ ਕੁਝ ਕ੍ਰੈਸ਼ ਇੰਡਸਟਰੀ ਵਾਲਿਆਂ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਦਾ ਮਾਮਲਾ ਸਾਹਮਣੇ ਆਇਆ। ਪੋਆ ਇਲਾਕੇ ਵਿੱਚ ਰਾਵੀ ਦਰਿਆ ਵਿੱਚ ਸਵੇਰ ਵੇਲੇ ਕੁਝ ਲੋਕ ਗੈਰ ਕਾਨੂੰਨੀ ਮਾਈਨਿੰਗ ਕਰਦੇ ਦੇਖੇ ਗਏ, ਜੋ ਮੀਡੀਆ ਦੇ ਕੈਮਰਿਆਂ ਦਾ ਪਤਾ ਲੱਗਦੇ ਹੀ ਮਸ਼ੀਨਾਂ ਛੱਡ ਕੇ ਫਰਾਰ ਹੋ ਗਏ। ਉਧਰ ਇਸ ਮੌਕੇ ਤੇ ਪੋਆ ਹਲਕੇ ਦੇ ਵਿਧਾਇਕ ਜੋਗਿੰਦਰਪਾਲ ਸਿੰਘ ਨੇ ਕਿਹਾ ਕਿ ਇਲਾਕੇ ਵਿੱਚ ਕਿਸੇ ਤਰੀਕੇ ਦੀ ਮਾਈਨਿੰਗ ਨਹੀਂ ਹੋ ਰਹੀ।